ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ, ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਬਾਸਮਤੀ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਕਈ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਕਿ ਬਾਸਮਤੀ ਬਾਰੇ ਵੀ ਦੱਸੋ। ਕੁਝ ਕਿਸਾਨ ਵੀਰ ਆ ਜਿਹੜੇ ਹੁਣ ਅਜੇ ਬਾਸਮਤੀ ਲਾਉਣ ਦੀ ਤਿਆਰੀ ਕਰ ਰਹੇ ਆ, ਕੁਝ ਕਿਸਾਨ ਵੀਰਾਂ ਨੇ ਪਨੀਰੀਆਂ ਅਜੇ ਬੀਜੀਆਂ, 5-10 ਦਿਨ ਪਹਿਲਾਂ ਹੀ ਬੀਜੀਆਂ, ਅਤੇ ਬਾਸਮਤੀ ਦੀ ਲਵਾਈ ਜਿਹੜੀ ਇਸ ਮਹੀਨਾ ਚੱਲਦੀ ਰਹਿਣੀ ਆ, ਜੁਲਾਈ ਦਾ ਮਹੀਨਾ ਚੱਲਦਾ ਰਹਿੰਦਾ ਬਾਸਮਤੀ ਦਾ, ਜਾਂ PR 126 ਹੈ ਜਿਹੜਾ। ਤਾਂ ਬਾਸਮਤੀ ਵਾਸਤੇ ਸਭ ਤੋਂ ਮੈਂ ਜ਼ਰੂਰੀ ਬੇਨਤੀ ਇਹ ਕਰਨੀ ਚਾਹੂੰਗਾ ਕਿ ਜੇ ਬਾਸਮਤੀ ਆਪਾਂ ਪੈਦਾ ਕਰਨੀ ਆ ਤਾਂ ਕੁਆਲਿਟੀ ਦੀ ਬਾਸਮਤੀ ਪੈਦਾ ਕਰੀਏ, ਫਿਰ ਆਪਾਂ ਚੰਗੇ ਰੇਟ ਦੀ ਆਸ ਕਰ ਸਕਦੇ ਹਾਂ। ਝਾੜ ਆਪਾਂ ਜੇ ਸਿਫਾਰਿਸ਼ਾਂ ਮੁਤਾਬਕ ਕੀਟਨਾਸ਼ਕ, ਕੁੱਲੀਨਾਸ਼ਕ ਜਾਂ ਖਾਦਾਂ ਵਰਤਾਂਗੇ, ਝਾੜ ਆਪਾਂ ਨੂੰ ਫਿਰ ਵੀ ਵਧੀਆ ਮਿਲ ਜਾਣਾ। ਪਰ ਜੇ ਆਪਾਂ ਥੋੜ੍ਹਾ ਜਿਹਾ ਝਾੜ ਹੋਰ ਵਧਾਉਣ ਦੇ ਚੱਕਰ ਦੇ ਵਿੱਚ ਗੈਰ ਸਿਫਾਰਸ਼ੀ ਜਾਂ ਜ਼ਿਆਦਾ ਮਾਤਰਾ ਦੇ ਵਿੱਚ ਕੀਟਨਾਸ਼ਕ, ਕੁੱਲੀਨਾਸ਼ਕ ਵਗੈਰਾ ਵਰਤਾਂਗੇ ਤਾਂ ਉਹਦੇ ਨਾਲ ਕੁਆਲਿਟੀ ਹੁੰਦੀ ਆ ਖਰਾਬ। ਲੋੜ ਤੋਂ ਵੱਧ ਕਿਸਾਨ ਵੀਰ ਯੂਰੀਆ ਦੀ ਬਹੁਤ ਵਰਤੋਂ ਬਾਸਮਤੀ ਦੇ ਵਿੱਚ ਝੋਨੇ ਜਿੰਨੀ ਵਰਤੋਂ ਕਰੀ ਜਾਂਦੇ ਆ, ਬੜੀ ਹੈਰਾਨੀ ਹੁੰਦੀ ਹੈ ਕਿ ਬਾਸਮਤੀ ਦੀ ਇੰਨੀ ਖੁਰਾਕ ਹੈ ਨਹੀਂ, ਬਾਸਮਤੀ ਦਾ ਝਾੜ ਦਾ ਇੰਨਾ ਪੋਟੈਂਸ਼ੀਅਲ ਹੈ ਨਹੀਂ, ਬਾਸਮਤੀ ਦਾ ਆਪਾਂ ਝਾੜ ਨਹੀਂ ਉਨਾ ਲੈਂਦੇ ਅਤੇ ਆਪਾਂ ਖਾਦ ਉਨੀ ਪਾ ਰਹੇ ਹਾਂ, ਤਾਂ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਫਿਰ ਬਿਮਾਰੀਆਂ ਆਉਂਦੀਆਂ। ਫਿਰ ਆਪਾਂ ਪੁੱਛਦੇ ਹਾਂ ਕਿ ਜੀ ਦੱਸੋ ਹੁਣ ਇਹਦਾ ਇਲਾਜ। ਯੂਰੀਆ ਆਪਾਂ ਇੰਨੀ ਓਵਰਡੋਜ਼ ਪਾ ਰਹੇ ਹਾਂ, ਕੁਆਲਿਟੀ ਦੀ ਬਾਸਮਤੀ ਦੀ ਆਪਾਂ ਆਸ ਕਿਵੇਂ ਕਰ ਸਕਦੇ ਹਾਂ? ਸੋ ਇਹ ਬੇਨਤੀ ਆ ਕਿ ਹੁਣ ਜਿਹੜੀ ਬਾਸਮਤੀ ਦੀ ਲਵਾਈ ਕਿਸਾਨ ਵੀਰ ਕਰ ਰਹੇ ਆ, ਬਾਸਮਤੀ ਦੇ ਵਿੱਚ ਝੋਨੇ ਨਾਲ ਟੋਟਲੀ ਖਾਦਾਂ ਦਾ ਤੌਰ ਤਰੀਕਾ ਵੱਖਰਾ ਹੈ। ਲਵਾਈ ਤੋਂ ਬਾਅਦ ਪਨੀਰੀ ਚਾਹੇ ਆਪਾਂ ਉਵੇਂ ਬਣਾ, ਮਤਲਬ 25 ਦਿਨਾਂ ਦੀ, 30 ਦਿਨਾਂ ਦੀ ਪੈਦਾ ਕਰ ਸਕਦੇ ਹਾਂ, ਉਵੇਂ ਖਾਦਾਂ ਪਾ ਕੇ ਪਨੀਰੀ ਦੇ ਵਿੱਚ, ਕਿਉਂਕਿ ਪਨੀਰੀ ਦੇ ਵਿੱਚ ਜਿਹੜੀਆਂ ਹੈਗੀਆਂ ਖਾਦਾਂ ਦਾ ਜਾਂ ਸਪਰੇਆਂ ਦਾ ਸ਼ਡਿਊਲ ਆ ਉਹ ਹੋਰ ਹਿਸਾਬ ਨਾਲ ਹੁੰਦਾ, ਅਤੇ ਲਵਾਈ ਤੋਂ ਬਾਅਦ ਉਹ ਹੋਰ ਹਿਸਾਬ ਨਾਲ ਹੁੰਦਾ। ਤਾਂ ਜਦੋਂ ਤੁਸੀਂ ਬਾਸਮਤੀ ਦੀ ਪਨੀਰੀ, ਹੁਣ ਬੀਜ ਸੋਧ ਦੀ ਗੱਲ ਕਰੀਏ, ਝੰਡਾ ਰੋਗ ਦੀ ਗੱਲ ਕਰੀਏ, ਝੰਡਾ ਰੋਗ ਬਾਰੇ ਬਹੁਤ ਕਿਸਾਨ ਵੀਰ ਪੁੱਛਦੇ ਆ। 90% ਕਿਸਾਨ ਵੀਰ ਸੀਡ ਟ੍ਰੀਟਮੈਂਟ ਸਿਫਾਰਿਸ਼ ਤਰੀਕੇ ਅਨੁਸਾਰ ਨਹੀਂ ਕਰਦੇ, ਅਤੇ ਜੜ੍ਹਾਂ ਦੀ ਸੋਧ ਨਹੀਂ ਕਰਦੇ, ਅਤੇ ਟ੍ਰਾਈਕੋਡਰਮਾ ਹਰਜੀਐਨਮ ਨਹੀਂ ਵਰਤਦੇ। ਟ੍ਰਾਈਕੋਡਰਮਾ ਜਾਂ ਤਾਂ ਵਿਰੀਡੀ ਵਰਤਦੇ ਆ ਜਾਂ ਫਿਰ ਜਿਹੜਾ ਹੈਗਾ ਕਾਰਬਨਡਾਜਮ ਵਗੈਰਾ ਉਹ ਵਰਤ ਲੈਂਦੇ ਆ, ਅਤੇ ਫਿਰ ਆਪਾਂ ਕਹਿੰਦੇ ਕਿ ਅਸੀਂ ਟ੍ਰੀਟਮੈਂਟ ਵੀ ਕੀਤੀ ਸੀ ਅਤੇ ਰੋਗ ਆ ਗਿਆ। ਜਦੋਂ ਟ੍ਰੀਟਮੈਂਟ ਸਹੀ ਤਰੀਕੇ ਨਹੀਂ ਆਊਗੀ ਤਾਂ ਰੋਗ ਆਊਗਾ। ਟ੍ਰੀਟਮੈਂਟ ਦਾ ਕੀ ਸੀਗਾ, ਪਹਿਲਾਂ ਵੀ ਮੈਂ ਜਾਣਕਾਰੀਆਂ ਦੱਸਦਾ ਰਹਿੰਦਾ ਤੁਹਾਡੇ ਨਾਲ ਕਿ ਇੱਕ ਵਾਰ ਬੀਜ ਨੂੰ ਭਿਉਂ ਲਓ, ਉਹਦੇ ਵਿੱਚ ਤੁਸੀਂ ਜੇ ਕੋਈ ਕਾਰਬਨਡਾਜਮ ਪਲੱਸ ਮੈਨਕੋਜਮ ਟਾਈਪ ਜਿਹੜਾ ਕੋਈ ਉੱਲੀਨਾਸ਼ਕ ਵਰਤਣਾ ਉਹ 'ਚ ਡਬੋਣਾ, 5-10 ਘੰਟੇ ਬੀਜ ਡਬੋਣਾ, ਉਦੋਂ ਬਾਅਦ ਖੇਤ 'ਚ ਉਹਨੂੰ ਕੱਢ ਕੇ ਨਾ ਪਾਣੀ 'ਚੋਂ ਬੋਰੀਆਂ ਦੇ ਉੱਤੇ ਜਿਹੜੀ 2-2 ਇੰਚੀ, 1.5-2 ਇੰਚੀ ਤੱਕ ਤਹਿ ਵਿਛਾ ਕੇ ਉਹਦੇ 'ਤੇ ਟ੍ਰਾਈਕੋਡਰਮਾ ਹਰਜੀਐਨਮ ਲਾ ਕੇ ਬੀਜ ਨੂੰ ਫਿਰ ਉੱਤੇ ਬੋਰੀ ਰੱਖ ਕੇ ਉਹਨੂੰ ਪੰਗਾਰਨਾ, ਬੀਜ ਨੂੰ ਦਵਾਈ ਲਾ ਕੇ। ਫਿਰ ਜੇ ਉਹ 'ਚ ਕੋਈ ਬਿਮਾਰੀ ਦੀ ਰਿਹਾਇਸ਼ ਹੋਊਗੀ, ਜਦੋਂ ਪੁੰਗਰੂਗਾ ਤਾਂ ਉਹ ਦਵਾਈ ਹੈ ਜਿਹੜੀ ਉਹ ਉਹਨੂੰ ਰੋਗ ਰਹਿਤ ਕਰੂਗੀ, ਪਰ ਇਸ ਤਰ੍ਹਾਂ ਆਪਾਂ ਨਹੀਂ ਕਰਦੇ। ਸੋ ਚਲੋ ਆਪਣਾ ਕੰਮ ਹੈਗਾ ਦੱਸਣਾ, ਬਾਕੀ ਤੁਹਾਡੀ ਮਰਜ਼ੀ ਆ। ਅਤੇ ਉਦੋਂ ਬਾਅਦ ਆਪਾਂ ਜੜ੍ਹਾਂ ਦੀ ਟ੍ਰੀਟਮੈਂਟ ਕਰਨੀ ਹੁੰਦੀ ਹੈ, 6 ਘੰਟੇ ਵਾਸਤੇ ਜੜ੍ਹਾਂ ਰੱਖਣੀਆਂ ਹੁੰਦੀਆਂ ਪਨੀਰੀ ਦੀਆਂ, ਟ੍ਰਾਈਕੋਡਰਮਾ ਹਰਜੀਐਨਮ ਦੇ ਵਿੱਚ, ਉਹ ਵੀ ਜਿਹੜਾ ਹੈਗਾ ਕਾਫੀ ਕਿਸਾਨ ਵੀਰ ਜਿਹੜਾ ਨਹੀਂ ਫੋਲੋ ਕਰਦੇ। ਤਾਂ ਅੱਗੇ ਆ ਕੇ ਆ ਗਿਆ ਜੀ ਯੂਰੀਆ, ਖਾਦਾਂ, ਨਾਈਟ ਜਿਹੜੀ ਫਾਸਫੋਰਸ ਪੋਟਾਸ਼ ਹੈ ਉਹ ਤੁਸੀਂ ਮਿੱਟੀ ਪਰਖ ਆਧਾਰ 'ਤੇ ਪਾ ਸਕਦੇ ਹਾਂ, ਜਾਂ ਫਿਰ ਗੱਟਾ ਸਿੰਗਲ ਸੁਪਰ ਫੋਸਫੇਟ ਦਾ ਵਰਤ ਸਕਦੇ ਹਾਂ। DAP ਵਰਤਣ ਦੀ ਕੋਈ ਸਿਫਾਰਿਸ਼ ਮੈਂ ਤੁਹਾਨੂੰ ਨਹੀਂ ਕਰੂੰਗਾ, ਵੈਸੇ ਵੀ ਮਿੱਟੀ ਪਰਖ ਕਰਾਈ ਆ ਤਾਂ ਉਹਦੇ ਆਧਾਰ 'ਤੇ ਹੀ ਵਰਤੋ। ਜੇ ਨਹੀਂ ਜ਼ਮੀਨ ਤੁਹਾਨੂੰ ਹਲਕੇ ਪਣ 'ਚ ਲੱਗਦੀ ਥੋੜ੍ਹੀ ਜਿਹੀ ਜਾਂ ਦਰਮਿਆਨੇ ਪਣ 'ਚ, ਤਾਂ ਤੁਸੀਂ ਅੱਧਾ ਗੱਟਾ ਜਾਂ ਹੱਦ ਗੱਟਾ ਸਿੰਗਲ ਸੁਪਰ ਫੋਸਫੇਟ ਵਰਤ ਸਕਦੇ ਹੋ। ਪੋਟਾਸ਼ ਤੱਤ ਅਤੇ ਜ਼ਿੰਕ ਤੱਤ ਨੂੰ ਖਾਸ ਤੌਰ 'ਤੇ ਬਾਸਮਤੀ 'ਚ ਤਰਜੀਹ ਦਿਓ, ਕਿਉਂਕਿ ਤੁਹਾਡੀ ਕੁਆਲਿਟੀ ਜਿਹੜੀ ਬਣਨੀ ਆ
ਉਹ ਇਹਦੇ ਨਾਲ ਬਣਨੀ ਆ। ਕੁਆਲਿਟੀ, ਦਾਣੇ ਦੀ ਚਮਕ, ਇਸ ਚੀਜ਼ ਨਾਲ ਬਣਨੀ ਆ। ਤਾਂ ਯੂਰੀਆ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਪਹਿਲੀ ਕਿਸ਼ਤ ਆ ਯੂਰੀਆ ਦੀ, ਉਹ ਜਾ ਕੇ ਪੈਂਦੀ ਹੈ ਬਾਸਮਤੀ ਨੂੰ 3 ਹਫ਼ਤਿਆਂ 'ਤੇ, ਲਵਾਈ ਤੋਂ 3 ਹਫ਼ਤਿਆਂ 'ਤੇ, ਅਤੇ ਦੂਜੀ ਕਿਸ਼ਤ ਪੈਂਦੀ 6 ਹਫ਼ਤਿਆਂ 'ਤੇ। 2 ਕਿਸ਼ਤਾਂ ਦੇ ਵਿੱਚ ਸਿਫਾਰਿਸ਼ ਹੈਗੀ ਆ ਯੂਰੀਆ ਦੀ। ਅਤੇ ਆਪਾਂ ਜਿਹੜਾ ਹੈਗਾ ਲਵਾਈ ਸਮੇਂ ਜਾਂ ਲਵਾਈ ਤੋਂ 5-7 ਦਿਨਾਂ 'ਚ ਸ਼ੁਰੂ ਕਰ ਦਿੰਦੇ ਹਾਂ, ਫਿਰ 5-5 ਦਿਨਾਂ 'ਤੇ ਕਿਸਾਨ ਵੀਰ ਗੱਟਾ ਗੱਟਾ ਯੂਰੀਆ ਪਾਉਂਦੇ, ਬਹੁਤ ਗਲਤ ਪ੍ਰੈਕਟਿਸ ਆ। ਪਹਿਲੀ ਯੂਰੀਆ ਮੈਟਾਬੋਲਾਈਜ਼ਮ ਨਹੀਂ ਹੋਈ, ਉਹਦਾ ਅਪਟੇਕ ਮੈਟਾਬੋਲਿਜ਼ਮ ਨਹੀਂ ਹੋਇਆ, ਅਗਲੀ ਫੇਰ ਪਾਤੀ, ਉਹ ਪਿਛਲੀਆਂ 2 ਰਲ ਗਈਆਂ, ਉਦੋਂ ਬਾਅਦ ਤੀਜੀ ਫੇਰ ਪਾਤੀ। ਉਹ ਫਾਰਮੂਲਾ ਇਹ ਦੱਸਦੇ ਕਿ ਅਸੀਂ 20 ਦਿਨਾਂ 'ਚ 25 ਦਿਨਾਂ 'ਚ ਖਤਮ ਕਰ ਦਿੰਦੇ ਹਾਂ, ਅਤੇ ਉਦੋਂ ਬਾਅਦ ਫਿਰ ਰੋਗ ਨਹੀਂ ਪੈਂਦਾ। ਇਹ ਫੰਡਾ ਮੈਨੂੰ ਸਮਝ ਨਹੀਂ ਲੱਗਿਆ ਕਿ ਆਪਾਂ ਉਹਦੇ ਵਿੱਚ ਜਦੋਂ ਓਵਰਡੋਜ ਇੰਨੀ ਪਾ ਰਹੇ ਹਾਂ, ਜੇ ਉਹਨੂੰ ਅਪਟੇਕ ਨਹੀਂ ਹੋਊਗੀ ਉਨੀ ਪ੍ਰੋਪਰ, ਤਾਂ ਫਿਰ ਉਹ ਲੀਚ ਡਾਊਨ ਹੋਊਗਾ, ਹਵਾ ਦੇ ਵਿੱਚ ਉੱਡੂਗਾ, ਅਤੇ ਉਹਦਾ ਕਿਤੇ ਨਾ ਕਿਤੇ ਹਵਾ ਅਤੇ ਪਾਣੀ ਦੇ ਵਿੱਚ ਇਫੈਕਟ ਜਾਊਗਾ। ਜਾਂ ਫਿਰ ਬੂਟਿਆਂ ਨੇ ਜੇ ਪੂਰਾ ਅਪਟੇਕ ਕੀਤਾ, ਬੂਟਿਆਂ ਦੇ ਵਿੱਚ ਸਕੂਲੈਂਸੀ ਆਊਗੀ ਆਊਗੀ, ਨਜਾਇਜ਼ ਓਵਰਟੇਕ ਅਪਟੇਕ ਹੋਊਗੀ, ਤਾਂ ਨਾਲ ਹੀ ਉਹਨਾਂ ਦਾ ਰੰਗ ਕਾਲਾ ਛਾ ਹੋਊਗਾ, ਨਾਲ ਹੀ ਉਹ ਨਰਮ ਹੋਣਗੇ, ਪੋਲੇ ਬਣਨਗੇ, ਅਤੇ ਫਿਰ ਨਾਲ ਹੀ ਉਹਨਾਂ ਦੇ ਉੱਤੇ ਪੱਤਾ ਲਪੇਟ ਸ਼ੁਰੂ ਹੋ ਜੂਗੀ, ਨਾਲ ਹੀ ਉਹਨਾਂ 'ਤੇ ਗੋਹ ਵਾਲੀ ਸੁੰਡੀ ਸ਼ੁਰੂ ਹੋ ਜੂਗੀ। ਗੋਹ ਵਾਲੀ ਵੈਸੇ ਵੀ ਬਾਸਮਤੀ ਦੇ ਵਿੱਚ ਥੋੜ੍ਹਾ ਜਿਹਾ ਨਰਮ ਹੁੰਦਾ ਕਰਕੇ ਇਹ 'ਚ ਝੋਨੇ ਨਾਲੋਂ, ਅਤੇ ਇਹ 'ਚ ਫਿਰ ਸਮੱਸਿਆਵਾਂ। ਫਿਰ ਆਪਾਂ ਜਿਹੜਾ ਉਦੋਂ ਬਾਅਦ ਦਾਣੇਦਾਰ ਜ਼ਹਿਰਾਂ ਵਾਲੇ ਪਾਸੇ ਹੋ ਜਾਵਾਂਗੇ, ਅਤੇ ਖਰਚਾ ਆਪਣਾ ਆਪਣੇ ਆਪ ਹੀ ਵੱਧ ਗਿਆ। ਫਲਾਵਟ ਵਾਜੂ, ਉਚਾਈ ਵਾਜੂ, ਦੇਖਣ ਨੂੰ ਝੋਨਾ ਪੂਰਾ ਬਾਸਮਤੀ ਜਿਹੜਾ ਪੂਰਾ ਫੁੱਲਿਆ ਫੁੱਲਿਆ ਲੱਗੂਗਾ, ਵੱਡਾ ਲੱਗੂਗਾ, ਪਰ ਉਹਦਾ ਝਾੜ ਜਾ ਕੇ ਮਗਰੋਂ ਖਰਚਾ ਵੀ ਵਾਜੂ, ਝਾੜ ਅਤੇ ਕੁਆਲਿਟੀ ਆਪਾਂ ਨੂੰ ਨਹੀਂ ਮਿਲਣੀ ਹੈਗੀ। ਫਿਰ ਆਪਾਂ ਕਿਸਾਨ ਵੀਰ ਆ ਜਿਹੜੇ ਪਹਿਲੀ ਯੂਰੀਆ ਦੇ ਨਾਲ ਹੀ 12-63 ਜਾਂ ਹੋਰ ਉਲੀਨਾਸ਼ਕ ਵਿੱਚ ਠੋਕਣ ਲੱਗ ਪੈਂਦੇ ਆ, ਇਹ ਵੀ ਬਹੁਤ ਗਲਤ ਪ੍ਰੈਕਟਿਸ ਆ। ਜਦੋਂ ਜ਼ਰੂਰਤ ਹੈਗੀ ਆ ਉਦੋਂ ਕਰੋ, ਗੋਭ ਸਮੇਂ ਸਿਫਾਰਿਸ਼ ਆ ਸਪਰੇਅ ਕਰਨੀ ਹੈ ਜਾਂ ਮੁੰਜਰਾਂ ਨਿਕਲਣ ਵੇਲੇ ਕਰਨੀ ਆ, ਉੱਲੀਨਾਸ਼ਕ ਵਗੈਰਾ ਦੀ ਉਦੋਂ ਸਪਰੇਅ ਕਰੋ। ਪਹਿਲਾਂ ਯੂਰੀਆ ਜੇ ਤੁਸੀਂ ਹਿਸਾਬ ਨਾ ਪਾਓ ਅਤੇ ਪਾਣੀ ਰੋਕ ਰੋਕ ਕੇ ਲਾਓ, ਬਿਮਾਰੀ ਕੀੜੇ ਮਕੌੜੇ ਆਉਣਗੇ ਹੀ ਨਹੀਂ। ਯੂਰੀਆ ਜਿਹੜੀ ਹੈਗੀ ਆ CSR 30 ਨੂੰ 18 ਕਿਲੋ ਦੀ ਸਿਫਾਰਿਸ਼ ਆ ਟੋਟਲ, ਪੰਜਾਬ ਬਾਸਮਤੀ 7-5, ਪੂਸਾ ਬਾਸਮਤੀ 11-21, 16-37, 17-18 ਜਾਂ ਇਹਦੀਆਂ ਕੋਈ ਸੋਧ ਨਵੀਆਂ ਵਰਾਇਟੀਆਂ ਆਈਆਂ, 36 ਕਿਲੋ ਦੀ ਸਿਫਾਰਿਸ਼ ਆ। ਤੁਸੀਂ ਚਲ ਆਪਾਂ ਇਦੋਂ ਵਧਾ ਲਿਓ, ਮਤਲਬ 18-20 ਕਿਲੋ ਦੀ ਕਿਸ਼ਤ 2 ਵਾਰ, ਲਵਾਈ ਤੋਂ 3 ਹਫ਼ਤੇ ਅਤੇ 6 ਹਫ਼ਤੇ। ਪਰ ਆਪਾਂ ਚਲੋ ਇਹਦੇ ਨਾਲ ਆਪਾਂ ਤੁਸੀਂ ਡੂਡੀ ਕਰ ਲਓ, ਦੁੱਗਣੀ ਕਰ ਲਓ, ਆਪਾਂ ਵੱਧ ਤੋਂ ਵੱਧ ਜਿਹੜੀ 50 ਕਿਲੋ, 55 ਕਿਲੋ, 60 ਤੱਕ ਪਾ ਸਕਦੇ ਹਾਂ, 22 ਕਿਲੋ, 25 ਕਿਲੋ ਦੀ ਡੋਜ 2 ਕਿਸ਼ਤਾਂ, ਜਾਂ ਤੁਸੀਂ ਜੇ 3 ਕਰਨੀਆਂ 20-20 ਕਿਲੋ ਦੀਆਂ ਕਿਸ਼ਤਾਂ ਕਰ ਲਓ। ਇੰਨੀ ਬਹੁਤ ਹੁੰਦੀ ਆ ਬਾਸਮਤੀ ਨੂੰ, ਬਹੁਤ ਹੁੰਦੀ ਇੰਨੀ, ਜਿੰਨੀ ਬਾਸਮਤੀ ਹਲਕੀ ਮਾੜੀ ਲੱਗੇ ਉਨੀ ਚੰਗੀ ਝੜਦੀ ਆ। ਅਤੇ ਜਿਹੜੀ ਤੁਸੀਂ ਪੂਸਾ ਬਾਸਮਤੀ ਤੁਹਾਡੀ 1509 ਆ ਗਈ, ਜਾਂ ਤੁਸੀਂ 1847 ਕਹਿ ਲਓ ਜਿਹੜੀ ਇਹਦੀ ਸੋਧ ਹੈ, ਉਹਦੇ ਵਿੱਚ ਜਿਹੜੀ 54 ਕਿਲੋ ਦੀ ਸਿਫਾਰਿਸ਼ ਹੈ, ਉਹ ਤੋਂ ਵੀ ਚਲੋ ਤੁਸੀਂ ਡੂਡੀ ਕਰ ਲਈਏ ਆਪਾਂ, 70 ਕਿਲੋ ਕਰ ਲਓ, 75 ਕਰ ਲਓ, 25-25 ਕਿਲੋ ਦੀ ਕਿਸ਼ਤ ਪਾ ਲਓ। ਅਤੇ ਜਿਹੜੀ ਆਪਾਂ ਤੀਜੇ ਅਤੇ ਛੇਵੇਂ ਹਫ਼ਤੇ ਜਿਹੜੀ ਆਪਾਂ ਯੂਰੀਆ ਪਾਉਣੀ ਆ, ਖੇਤ 'ਚ ਪਾਣੀ ਨਾ ਹੋਵੇ, ਉਦੋਂ ਬਾਅਦ ਪਾਣੀ ਛੱਡਣਾ 3 ਦਿਨ, ਫਿਰ ਆਪਾਂ ਨੂੰ ਯੂਰੀਆ ਦਾ ਵੀ ਰਿਜ਼ਲਟ, ਘੱਟ ਯੂਰੀਆ ਦਾ ਬਹੁਤ ਚੰਗਾ ਨਤੀਜਾ ਮਿਲੂਗਾ, ਅਤੇ ਰੋਗ ਕੀੜੇ ਮਕੌੜੇ ਨਹੀਂ ਆਉਣਗੇ। ਜਿੰਕ ਤੁਸੀਂ ਪਾਓ ਜਾ ਕੇ 15-18 ਦਿਨ 'ਤੇ, ਜਿੰਕ ਪਾ ਕੇ ਰੇਤਾ 'ਚ ਲਾ ਕੇ 5 ਕਿਲੋ ਪਾਉਣੀ, 10 ਕਿਲੋ ਪਾਉਣੀ, ਉਦੋਂ ਬਾਅਦ ਹਵਾ ਲਵਾ ਦਿਓ। ਪੋਟਾਸ਼ ਨਹੀਂ ਪਾਈ, ਉਹ ਵੀ ਤੁਸੀਂ ਉਦੋਂ ਪਾ ਸਕਦੇ, ਵੈਸੇ ਤਾਂ ਕੱਦੂ ਕਰਨ ਸਮੇਂ ਪਾਉਣੀ ਹੁੰਦੀ, ਆਪਾਂ ਜੇ ਸੁਪਰ ਪਾਉਣੀ, ਪੋਟਾਸ਼ ਪਾਉਣੀ ਆ,
ਜੇ ਨਹੀਂ ਪਾਉਣੀ ਪਾਈ ਤਾਂ 20 ਦਿਨਾਂ ਦੇ ਅੰਦਰ ਅੰਦਰ ਉਹ ਪਾ ਦਿਓ, ਅਤੇ ਉਦੋਂ ਬਾਅਦ ਯੂਰੀਆ ਕਰ ਲਓ। ਜਿਹੜੀ ਤੁਸੀਂ ਤੱਤਾਂ ਵਾਲੀ ਸਪਰੇ ਆ ਉਹ ਤੁਸੀਂ 22 ਦਿਨ ਅਤੇ 25 ਦਿਨ 'ਤੇ ਬਾਸਮਤੀ ਸ਼ੁਰੂ ਕਰ ਲਓ ਹਫ਼ਤੇ ਹਫ਼ਤੇ, ਅਤੇ 2 ਸਪਰੇਆਂ ਕਰ ਸਕਦੇ, 3 ਕਰ ਸਕਦੇ ਹਾਂ। ਅਤੇ ਝੋਨੇ ਨਾਲ ਅੱਧੀ ਡੋਜ਼ ਵਰਤਣੀ, ਜਿੰਕ 21% 1 ਕਿਲੋ ਦੀ ਥਾਂ 'ਤੇ ਅੱਧਾ ਕਿਲੋ ਵਰਤਣੀ ਆ। ਲੋਹਾ ਵੀ ਜਿਹੜਾ ਹੈਗਾ ਜੇ ਅੱਧਾ ਕਿਲੋ ਵਰਤਣਾ ਸੀ ਉਹਦੀ ਥਾਂ 'ਤੇ ਪਾਈਆ, ਜੇ ਕਿਲੋ ਵਰਤਣਾ ਸੀ ਉਹਦੀ ਥਾਂ 'ਤੇ ਅੱਧਾ ਕਿਲੋ, ਅਤੇ ਕਲੀ ਆ ਜਿਹੜੀ ਉਹ ਅੱਧਾ ਕਿਲੋ ਦੀ ਥਾਂ 'ਤੇ ਪਾਈਆ ਵਰਤਣੀ ਆ, ਅਤੇ ਯੂਰੀਆ 2 ਕਿਲੋ ਦੀ ਥਾਂ 'ਤੇ ਕਿਲੋ ਵਰਤਣੀ। ਮਤਲਬ ਫਟਾਰੇ ਵਾਲੀ ਸਪਰੇ ਆ ਜਿਹੜੀ ਤੱਤਾਂ ਵਾਲੀ, ਉਹ ਝੋਨੇ ਨਾਲੋਂ ਅੱਧੀ ਡੋਜ਼ ਵਰਤ ਲਓ, ਸ਼ਾਨਦਾਰ ਤੁਹਾਨੂੰ ਝਾੜ ਮਿਲੂਗਾ। ਤੁਸੀਂ ਯੂਰੀਆ ਅੱਧੇ ਕਿੱਲੇ 1 ਕਿੱਲੇ 'ਚ ਘਟਾ ਕੇ ਦੇਖੋ, ਨਾਲੇ ਕੁਆਲਿਟੀ ਵਧੀਆ ਪੈਦਾ ਹੋਊ। ਬਹੁਤ ਬਹੁਤ ਧੰਨਵਾਦ।